ਨਮਸਕਾਰ, ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ ਤੇ ਮੈਂ ਬਹਾਦਰ ਸਿੰਘ। ਜ਼ਿਲ੍ਹਾ ਹੁਸ਼ਿਆਰਪੁਰ ਦਸੂਹਾ ਦੇ ਤਹਿਸੀਲ ਦੇ ਸੇਵਾ ਕੇਂਦਰ ਵਿੱਚ ਸਰਕਾਰ ਵੱਲੋਂ ਮਿਲਣ ਵਾਲੀ ਰਸੋਈ ਖਰਚਾ ਦੇ ਸੰਬੰਧ ਵਿੱਚ ਫਾਰਮ ਨਾ ਜਮ੍ਹਾਂ ਕਰਨ ਤੇ ਲੋਕਾਂ ਵੱਲੋਂ ਸੇਵਾ ਕੇਂਦਰ ਦਾ ਘਿਰਾਓ ਕੀਤਾ ਗਿਆ। ਇਸ ਦੇ ਵਿਰੋਧ ਵਿੱਚ ਤਹਿਸੀਲ ਦੇ ਸਾਹਮਣੇ ਹਾਈਵੇ ਵੀ ਜਾਮ ਕੀਤਾ ਗਿਆ। ਲੋਕਾਂ ਨੇ ਵਿਰੋਧ ਕਰਦਿਆਂ ਕਿਹਾ ਕਿ ਅਸੀਂ ਦੂਰ ਦੁਰਾਡੇ ਦਾ ਪਿੰਡਾਂ ਦਾ ਫਾਰਮ ਜਮ੍ਹਾਂ ਕਰਵਾਉਣ ਆਉਂਦੇ ਹਾਂ, ਪਰ ਸਾਨੂੰ ਖੱਜਲ ਖੁਆਰ ਹੋ ਕੇ ਵਾਪਸ ਜਾਣਾ ਪੈਂਦਾ ਹੈ ਅਤੇ ਅੱਜ ਸੇਵਾ ਕੇਂਦਰ ਦੇ ਵਰਕਰਾਂ ਵੱਲੋਂ ਇੱਕ ਨੋਟਿਸ ਲਗਾਇਆ ਗਿਆ ਹੈ ਜਿਸ ਵਿੱਚ ਮਾਨਯੋਗ ਮੁੱਖ ਸਕੱਤਰ ਕਿਰਤ ਜੀ ਵੱਲੋਂ ਹੁਕਮਾਂ ਅਨੁਸਾਰ ਰਜਿਸਟ੍ਰੇਸ਼ਨ ਦਾ ਕੰਮ ਆਰਜ਼ੀ ਤੌਰ 'ਤੇ ਬੰਦ ਕਰ ਦਿੱਤੇ ਜਾਣ ਕਰਕੇ ਲੋਕਾਂ ਵਿੱਚ ਕਾਫ਼ੀ ਗੁੱਸਾ ਦੇਖਣ ਨੂੰ ਮਿਲਿਆ, ਪਰ ਇਸ ਨੂੰ ਬੰਦ ਕਰਨ ਦਾ ਕਾਰਨ ਗਲਤ ਹੋ ਰਹੀਆਂ ਰਜਿਸਟ੍ਰੇਸ਼ਨਾਂ ਨੂੰ ਸੋਧ ਕਰਨ ਲਈ ਕੀਤਾ ਗਿਆ ਅਤੇ ਨਾਲ ਹੀ ਪੁਲਿਸ ਦੀ ਹੁਸ਼ਿਆਰੀ ਕਾਰਨ ਹਾਈਵੇ ਰੋਡ ਜਾਮ ਬਹੁਤ ਜਲਦ ਖੁਲਵਾ ਦਿੱਤਾ ਗਿਆ। ਪਬਲਿਕ ਸਪੋਰਟ ਨਿਊਜ਼ ਫੋਕਸ ਬਿਊਰੋ ਦੀ ਰਿਪੋਰਟ। ਸਰਕਾਰ ਨੇ ਨਾ ਕੱਢਣ ਲੋਕਾਂ ਖੱਜਲ ਕਰਨ ਮਾਰੇ।